ਇਸ ਵੀਡੀਓ ਦੇ ਵਿੱਚ ਹਾਊ ਟੂ ਗੈਟ ਅ ਪਰਫੈਕਟ ਸਕੁਅਰ ਨੰਬਰਸ ਬਾਏ ਮਲਟੀਪਲਾਈਂਗ ਔਰ ਡਿਵਾਈਡਿੰਗ 8ਥ ਕਲਾਸ ਦਾ ਟੌਪਿਕ ਹੈਗਾ ਹੈ ਬੱਚਿਓ ਇਹ ਪਰਫੈਕਟ ਸਕੁਅਰ ਨੰਬਰਸ ਕੀ ਹੁੰਦੇ ਆ ਤੇ ਜੇਕਰ ਕੋਈ ਪਰਫੈਕਟ ਸਕੁਅਰ ਨੰਬਰ ਨਹੀਂ ਬਣਦਾ ਪਿਆ ਤੇ ਉਹਨੂੰ ਮਲਟੀਪਲਾਈ ਔਰ ਡਿਵਾਈਡ ਕਰਕੇ ਕਿਸ ਤਰੀਕੇ ਦੇ ਨਾਲ ਅਸੀਂ ਪਰਫੈਕਟ ਸਕੁਅਰ ਨੰਬਰ ਪ੍ਰਾਪਤ ਕਰ ਸਕਦੇ ਆ ਇਸ ਬਾਰੇ ਵੀਡੀਓ ਹੈਗੀ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪਰਫੈਕਟ ਸਕੁਅਰ ਨੰਬਰਸ ਕਿਹੜੇ ਹੁੰਦੇ ਆ ਠੀਕ ਹੈ ਆਓ ਜਾਣਦੇ ਆ ਵਟ ਇਜ਼ ਅ ਪਰਫੈਕਟ ਸਕੁਅਰ ਅ ਨੰਬਰ ਦੈਟ ਇਜ਼ ਦਾ ਪ੍ਰੋਡਕਟ ਆਫ ਟੂ ਇਕੁਅਲ ਫੈਕਟਰ ਪ੍ਰੋਡਕਟ ਮਤਲਬ ਮਲਟੀਪਲਾਈ ਹੁੰਦਾ ਆ ਠੀਕ ਹੈ ਟੂ ਇਕੁਅਲ ਫੈਕਟਰਸ ਦਾ ਜਿੱਦਾਂ 1 ਨੂੰ 1 ਮਲਟੀਪਲਾਈ ਕਰਕੇ 1 ਠੀਕ ਹੈ ਪਰਫੈਕਟ ਸਕੁਅਰ ਆ ਗਿਆ 2 ਨੂੰ 2 ਨਾਲ ਮਲਟੀਪਲਾਈ ਕਰਕੇ 4 3 ਨੂੰ 3 ਨਾਲ ਮਲਟੀਪਲਾਈ ਕਰਕੇ 9 ਦੇਖੋ ਹੁਣ 1 اور 1 ਇਕੁਅਲ ਫੈਕਟਰਸ ਆ ਨਾ 2 ਐਂਡ 2 ਇਕੁਅਲ ਫੈਕਟਰਸ ਆ ਕਿ ਸੇਮ ਨੰਬਰਸ ਨੂੰ ਮਲਟੀਪਲਾਈ ਕਰਕੇ ਜਿਹੜਾ ਨੰਬਰ ਬਣਦਾ ਹੈ ਉਹ ਪਰਫੈਕਟ ਸਕੁਅਰ ਨੰਬਰ ਹੁੰਦਾ ਹੈ ਠੀਕ ਹੈ 4 ਨੂੰ 4 ਨਾਲ ਮਲਟੀਪਲਾਈ ਕਰਕੇ 16 ਬਣ ਗਿਆ 5 ਨੂੰ 5 ਨਾਲ ਮਲਟੀਪਲਾਈ ਕਰਕੇ 25 6 ਨੂੰ 6 ਨਾਲ ਮਲਟੀਪਲਾਈ ਕਰਕੇ 36 ਬਣ ਗਿਆ ਤੇ ਕੋਈ ਨੰਬਰ ਪਰਫੈਕਟ ਸਕੁਅਰ ਹੈਗਾ ਵਾ ਇਹ ਸਾਨੂੰ ਕਿੱਦਾਂ ਪਤਾ ਲੱਗੇਗਾ ਬੱਚੇ ਅਸੀਂ ਸਭ ਤੋਂ ਪਹਿਲਾਂ ਨਾ ਕਿਸੇ ਵੀ ਨੰਬਰ ਦਾ ਪਰਫੈਕਟ ਸਕੁਅਰ ਪਤਾ ਕਰਨਾ ਤੇ ਸਕੁਅਰ ਰੂਟ ਆਉਣਾ ਚਾਹੀਦਾ ਸਾਨੂੰ ਠੀਕ ਹੈ ਸਕੁਅਰ ਰੂਟ ਕੱਢਣਾ ਹੁੰਦਾ ਜੇਕਰ ਸਕੁਅਰ ਰੂਟ ਫਾਈਂਡ ਹੋ ਜੇ ਇਟ ਮੀਨਸ ਪਰਫੈਕਟ ਸਕੁਅਰ ਹੈਗਾ ਵਾ ਮੰਨ ਲਓ ਕਿ ਤੁਸੀਂ 400 ਨੰਬਰ ਪਤਾ ਕਰਨਾ ਹੈ ਕਿ ਪਰਫੈਕਟ ਸਕੁਅਰ ਨੰਬਰ ਹੈਗਾ ਕਿ ਨਹੀਂ ਹੈਗਾ ਇਸ ਇਸ ਦੇ ਵਾਸਤੇ ਤੁਸੀਂ ਪ੍ਰਾਈਮ ਫੈਕਟਰਾਇਜ਼ੇਸ਼ਨ ਮੈਥਡ ਯੂਜ਼ ਕਰ ਸਕਦੇ ਹੋ ਠੀਕ ਹੈ ਇਸ ਬਾਰੇ ਵੀ ਮੈਂ ਵੀਡੀਓ ਜਿਹੜੀ ਉਹ ਬਣਾਈ ਹੋਈ ਹੈ ਜਿਨ੍ਹਾਂ ਨੂੰ ਇਹ ਮੈਥਡ ਨਹੀਂ ਆਂਦਾ ਬੱਚਿਓ ਉਹ ਵੀਡੀਓ ਦੇਖ ਸਕਦੇ ਆ ਸੋ ਇਸ ਤਰੀਕੇ ਦੇ ਨਾਲ ਐ ਅਸੀਂ ਨਾ ਪ੍ਰਾਈਮ ਫੈਕਟਰਾਇਜ਼ੇਸ਼ਨ ਮੈਥਡ ਦੇ ਨਾਲ ਪ੍ਰਾਈਮ ਨੰਬਰਸ ਜਿਹੜੇ ਉਹ ਫਾਈਂਡ ਕਰ ਰਹੇ ਆ ਠੀਕ ਹੈ ਜਿਹੜੀ ਲੈਫਟ ਹੈਂਡ ਸਾਈਡ ਆ ਉਹਦੇ ਵਿੱਚ ਸਾਰੇ ਪ੍ਰਾਈਮ ਨੰਬਰ ਆਣੇ ਚਾਹੀਦੇ 2 2 2 2 5 ਐਂਡ 5 ਠੀਕ ਹੈ ਸੋ 400 ਦੇ ਉੱਪਰ ਸਕੁਅਰ ਰੂਟ ਦਾ ਸਾਈਨ ਪਾ ਕੇ اسی ਜਿਹੜੇ ਫੈਕਟਰਸ ਆ ਨਾ ਇਹਨਾਂ ਦੇ ਪ੍ਰائم ਫੈਕਟਰਸ ਉਹ ਸਾਹਮਣੇ ਲਿਖਦੇ ਨੇ ਤੇ ਫਿਰ ਇਹਨਾਂ ਤੇ ਪੇਅਰਸ ਬਣਾਉਣੇ 2 2 ਦੇ ਤੇ ਸਿੰਗਲ ਸਿੰਗਲ ਪੇਅਰ ਜਿਹੜਾ ਨਾ ਉਹ ਬਾਹਰ ਕੱਢਦੇ ਨੇ ਜਿਹੜਾ 2 2 ਦੇ ਵਿੱਚ ਸਿੰਗਲ 2 ਬਾਹਰ ਕੱਢਿਆ 2 2 ਪੇਅਰ ਦੇ ਵਿੱਚ ਸਿੰਗਲ 2 ਬਾਹਰ ਕੱਢਿਆ ਸਿਰ ਕਿਹਣਾ 5 ਤੇ 20 ਜਿਹੜਾ ਉਹ ਸਕੁਅਰ ਰੂਟ ਆ ਗਿਆ ਇਟ ਮੀਨਸ ਤੁਸੀਂ ਦੀ ਵੈਰੀਫਿਕੇਸ਼ਨ ਕਰ ਲਓ 20 ਨੂੰ ਦੋਵਾਰ ਮਲਟੀਪਲਾਈ ਕਰਕੇ 400 ਇਹਦੀ ਇਹ ਵੈਰੀਫਾਈ ਵੀ ਹੋ ਗਿਆ ਸੋ 400 ਜਿਹੜਾ ਉਹ ਪਰਫੈਕਟ ਸਕੁਅਰ ਹੈਗਾ ਕਿਉਂਕਿ ਦਾ ਸਕੁਅਰ ਰੂਟ ਜਿਹੜਾ ਉਹ ਫਾਈਂਡ ਹੋ ਰਿਹਾ ਹੁਣ ਜੇਕਰ ਤੇ ਸਾਨੂੰ ਕਿੱਦਾਂ ਪਤਾ ਲੱਗੇਗਾ ਜਿੱਦਾਂ ਹੁਣ ਮੰਨ ਲਓ ਕਿ ਇਹਦੇ ਵਿੱਚ ਉਹਨਾਂ ਨੇ ਕਿਹਾ ਫਾਈਂਡ ਦਾ ਸਮਾਲੈਸਟ ਹੋਲ ਨੰਬਰ ਛੋਟੇ ਤੋਂ ਛੋਟਾ ਹੋਲ ਨੰਬਰ ਪਤਾ ਕਰੋ ਜਿਹਦੇ ਨਾਲ 180 ਨੂੰ ਮਲਟੀਪਲਾਈ ਕੀਤਾ 180 ਨੂੰ ਮਲਟੀਪਲਾਈ ਕੀਤਾ ਪਰਫੈਕਟ ਸਕੁਅਰ ਬਣਦੀ ਕਿਉਂਕਿ 180 ਜਿਹੜਾ ਪਰਫੈਕਟ ਸਕੁਅਰ ਨਹੀਂ ਸੀਗਾ ਸਭ ਤੋਂ ਪਹਿਲਾਂ ਤੁਸੀਂ 180 ਦੇ ਪ੍ਰਾਈਮ ਫੈਕਟਰ ਬਣਾ ਲੇ ਉਸ ਤੋਂ ਬਾਅਦ 180 ਦੇ ਅੱਗੇ ਉਹਨਾਂ ਦੇ ਪ੍ਰਾਈਮ ਨੰਬਰ ਲਿਖ ਲਈ 2 2 ਦੇ ਪੇਅਰ ਬਣਾ ਲੈ ਜਿਹਦਾ ਪੇਅਰ ਨਹੀਂ ਬਣਦਾ ਪਿਆ ਦੇਖੋ 5 ਦਾ ਪੇਅਰ ਨਹੀਂ ਬਣਦਾ ਪਿਆ 5 ਇਸ ਦਾ ਸਮਾਲੈਸਟ ਨੰਬਰ ਬਾਏ ਵਿੱਚ ਮਲਟੀਪਲਾਈਡ ਬਾਈ 180 ਟੂ ਗੈ 5 ਦਿਨ ਕਰਕੇ ਇੱਕ ਫੈਕਟਰ ਕਰਕੇ ਸਾਡਾ 180 ਡਿਗਰੀ ਦਾ ਜਿਹੜਾ ਹੈ ਨੰਬਰ ਹੈਗਾ ਪਰਫੈਕਟ ਸਕਰ ਨਹੀਂ ਬਣਦਾ ਪਿਆ ਕਿਉਂਕਿ ਸਾਰੇ ਪੇਅਰਸ ਹੋਣੇ ਚਾਹੀਦੇ ਜੇ ਇੱਕ ਵੀ ਪੇਅਰ ਨਹੀਂ ਬਣਦਾ ਤੇ ਉਹ ਪਰਫੈਕਟ ਸਕਰ ਨਹੀਂ ਹੈਗਾ ਨੰਬਰ ਪਰਫੈਕਟ ਸਕਰ ਨੰਬਰ ਬਣਾਉਣ ਵਾਸਤੇ ਉਹ ਪੇਅਰ ਜੇ ਸਪੇਅਰ ਦੇ ਵਿੱਚ ਇੱਕ ਫੈਕਟਰ ਘਟਦਾ ਪਿਆ ਉਸ ਨੰਬਰ ਨੂੰ ਤੁਸੀਂ ਮਲਟੀਪਲਾਈ ਕਰ ਲੈਣਾ ਸੋ 5 ਇਹ ਦਾ ਅਨਸਰ ਹੋਏਗਾ ਹੁਣ ਇਸੇ ਤਰੀਕੇ ਦੇ ਨਾਲ ਡਿਵਾਈਡ ਵਾਲਾ ਵੀ ਤੁਸੀਂ ਕਰਨਾ ਵਾ ਜਿੱਦਾਂ ਹੁਣ 252 ਕਿੰਦੇ ਕਿੰਨੇ ਪਰਫੈਕਟ ਸਕਰ ਬਣਾਉਣ ਵਾਸਤੇ ਕਿਹੜੇ ਛੋਟੇ ਛੋਟੇ ਨੰਬਰ ਦੇ ਨਾਲ ਡਿਵਾਈਡ ਕਰਾਂਗੇ ਅਸੀਂ ਸਭ ਤੋਂ ਪਹਿਲਾਂ 252 ਦੇ ਪ੍ਰਾਈਮ ਫੈਕਟਰ ਬਣਾ ਲੇ 252 ਦੇ ਪ੍ਰਾਈਮ ਫੈਕਟਰ ਬਣਾਉਣ ਤੋਂ ਬਾਅਦ ਸਾਰੇ ਜਿੰਨੇ ਵੀ ਪ੍ਰਾਈਮ ਨੰਬਰ ਆਇਆ ਉਹ 252 ਦੇ ਸਾਹਮਣੇ ਤੁਸੀਂ ਲਿਖ ਲੈਣੇ ਆ ਫਿਰ ਉਹਨਾਂ ਦੇ pair ਬਣਾਣੇ ਜਿੱਦਾਂ 2 2 ਦਾ pair ਬਣ ਗਿਆ 3 3 ਦਾ pair ਬਣ ਗਿਆ ਬਟ 7 ਦਾ pair ਨਹੀਂ ਬਣਿਆ ਸੋ ਜਿਹਦਾ pair ਨਹੀਂ ਬਣਿਆ ਉਹ ਸਾਡਾ ਆਨਸਰ ਹੋਏਗਾ 7 ਇਸ ਦਾ ਸਮਾਲੈਸਟ ਨੰਬਰ ਠੀਕ ਹੈ 7 ਕਿ ਆ ਛੋਟੇ ਤੋਂ ਛੋਟਾ ਨੰਬਰ ਆ ਕਿ ਜਿਹਦੇ ਨਾਲ 252 ਨੂੰ ਡਿਵਾਈਡ ਕਰਕੇ ਸਾਨੂੰ ਪਰਫੈਕਟ ਸਕੁਅਰ ਨੰਬਰ ਮਿਲ ਜਾਏਗਾ ਸੋ ਇਸ ਤਰੀਕੇ ਦੇ ਨਾਲ ਅਸੀਂ ਮਲਟੀਪਲਾਈ ਔਰ ਡਿਵਾਈਡ ਵਾਲੇ ਸਮ ਕਰਨੇ ਹੁੰਦੇ ਆ ਇਸ ਤਰੀਕੇ ਦੇ ਨਾਲ ਸਾਨੂੰ ਸਮਾਲੈਸ ਨੰਬਰ ਪਤਾ ਲੱਗਦੇ ਆ ਥੈਂਕਸ ਫੋਰ ਵਾਚਿੰਗ